स्वागत है किसान वीरो यूट्यूब चैनल सिद कडेरी फार्मिंग दे विच। किसान वीरो अज जिहड़ी वीडियो बना रहे हैं पिंड थांदे वाला तहसील ते जिला श्री मुक्तसर साहब मुक्तसर तो दोस्तों सारा ये 6-7 किलोमीटर साइड ते पिंड है। पहला भी इस पिंड दे विचों वीडियो चैनल उत्ते कई अपलोड कीतियां ते मैं जिहड़ियां वीडियो बनाउणा उहदे च दसदा भी हुन्ना दोस्तों भी इस एरिए दे विच जिहड़ा मेला लगता रहा नैशनल लाइवस्टॉक चैंपियनशिप हुंदी रही है मुक्तसर दे विच उहदे करके इस एरिए दे विच पशुआं संबंधी जागृति बहुत आई। मझां भी दोस्तों चंगियां इस एरिए चों निकलियां ते गाइयां वल भी शौक बहुत सारे वीरां दा होया। सो अज जिहड़ी वीडियो बना रहे हैं उहदे च इक प्रोपर रिकॉर्ड वाली चंगी वैड़ बाई ने वेचनी है इहदे बारे आपां वीडियो बना रहे हैं। वीडियो नूं एंड तक जरूर देखियो अगे जाके इहनां नाल गल्लबात करदे हां नाल तुहानूं इह गां तोर के दिखावांगे। चंगे सीमण दी आप है ते चंगा ही सीमण इहदू अगे लग्गा। सो आओ बाई नाल गल्लबात करदे हां ते इहदी जिहड़ी डिटेल आ उह पुछदे हां। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਦੱਸੀ ਵੀਰਾ ਉਹਦਾ? ਮੇਰਾ ਨਾਮ ਕੁਲਦੀਪ ਸਿੰਘ ਹੈ ਬਾਈ। ਕੁਲਦੀਪ ਸਿੰਘ, ਪਸ਼ੂ ਪੁਰਾਣੇ ਹੀ ਰੱਖਦੇ ਹੋ ਵੀਰ? ਹਾਂ ਪੁਰਾਣੇ ਪਹਿਲਾਂ ਤੇ ਰੱਖਦੇ ਆ ਬਾਈ। ਠੀਕ ਹੈ, ਹੁਣ ਪਸ਼ੂ ਘਟਾ ਰਹੇ ਹੋ ਫਿਰ? ਹਾਂ ਹੁਣ ਥੋੜੇ ਘਟਾ ਰਹੇ ਆ, ਮੇਰੇ ਨਾ ਐਕਸੀਡੈਂਟ ਹੋਣ ਕਰਕੇ ਸੱਟ ਲੱਗ ਗਈ ਸੀਗੀ। ਅੱਛਾ, ਤਾਂ ਕਰਕੇ ਮੈਂ ਵੇਚ ਰਿਹਾ ਆਪਰੇਸ਼ਨ ਕਰਾਉਣਾ ਬਾਈ ਗੋਡੇ ਦਾ। ਠੀਕ ਹੈ, ਮਤਲਬ ਤਾਂ ਫਿਰ ਹੁਣ ਇਹ ਵਕਾਊ ਕਰ ਰਹੇ। ਹਾਂ ਠੀਕ ਹੈ। ਅਸੀਂ ਵੈੜ ਕਹਿਣ ਮਸੂ ਅਸੂ ਰਹੀ ਹੈ, ਵੈੜ ਦੂਜੇ ਸੂਏ ਸੋਣਾ ਬਾਈ ਇਹਨੇ। ਠੀਕ ਹੈ, ਆਪਣੀ ਘਰ ਦੀ ਹੈ? ਆਪਣੀ ਘਰ ਦੀ ਹੈ। ਕਿਹੜੇ ਟੀਕੇ ਦੀ ਹੈ? ਇਹ ਡੈਨਮਾਰਕ 40116 ਦੀ ਹੈ ਬਾਈ। 40116 ਦੀ? ਠੀਕ ਹੈ। ਤੇ ਪਹਿਲੇ ਸੂਏ ਦੁੱਧ ਨੇ ਕਿੰਨਾ ਕੁ ਦਿੱਤਾ? ਪਹਿਲੇ ਸੂਏ ਨੇ 27-28 ਲੀਟਰ ਦੁੱਧ ਦਿੱਤਾ ਬਾਈ। ਠੀਕ ਹੈ, ਹੁਣ ਦੂਜੇ ਸੂਏ ਸੁਣਾ ਦੰਦੋ ਕਿਵੇਂ ਹੈ? ਦੰਦੋ ਬਾਈ 6 ਦੰਦ ਆ। ਹੁਣ 6 ਦੰਦ ਹੈ। ਅੱਗੇ ਸੀਮਣੇ ਦਾ ਕਿਹੜਾ ਲੱਗਾ? ਅੱਗੇ ਬਾਈ ਇਹ ABS ਦਾ ਸਨੋਮੈਨ ਲੱਗਿਆ। ABS ਦਾ ਸਨੋਮੈਨ? ਹਾਂਜੀ। ਠੀਕ ਹੈ, ਇਹਦੀ ਮਾਂ ਥੱਲੇ ਦੁੱਧ ਕਿੰਨਾ ਕੁ ਸੀ ਵੀਰ? ਇਹਦੀ ਮਾਂ ਥੱਲੇ 35 ਪਲੱਸ ਸੀਗਾ ਬਾਈ। 35 ਪਲੱਸ ਸੀਗਾ? ਹਾਂਜੀ। ਠੀਕ ਹੈ, ਹੁਣ ਕਿੰਨੇ ਦਿਨ ਲੈਂਦੀ ਹੈ ਬਾਈ ਇਹ? ਬਸ ਆਈ ਬਾਈ 2-4 ਦਿਨ ਹੀ ਲਊਗੀ। 2-4 ਦਿਨ ਲਊਗੀ? ਠੀਕ ਹੈ, ਤੇ ਰੇਟ ਇਹਦਾ ਕੀ ਰੱਖਿਆ? ਰੇਟ ਬਾਈ 90,000 ਦੇ ਦਾਂਗੇ। 90,000? ਦੋਸਤੋ ਉੱਚਾ ਲੰਬਾ ਕੱਦ ਹੈ, ਬਹੁਤ ਉੱਚੀ ਹਾਈਟ ਦੀ ਹੈ, ਵੇਲ ਬਹੁਤ ਹੈ, ਪੂਰੇ ਫਾਰਮ ਵਾਲੀ ਗਾਂ ਕਿਉਂਕਿ ਚੰਗੇ ਸੀਮਣ ਦੀ ਆਪ ਹੈ, ਸੀਮਣ ਇਹਦੂ ਅੱਗੇ ਵੀ ਚੰਗਾ ਲੱਗਾ। ਚਿਹਰੇ ਤੋਂ ਦੇਖ ਸਕਦੇ ਹਾਂ, ਤੁਹਾਨੂੰ ਦੱਸੂਗੀ ਛੋਟਾ ਕੰਨ ਆ ਬਿਲਕੁਲ। ਬਾਕੀ ਦੋਸਤੋ ਜਿਹੜੀ ਪੁੜਿਆਂ ਦੀ ਬਣਤਰ ਉਹ ਦੇਖ ਲਓ, ਉਹ ਵੀ ਚੰਗੀ ਹੈ। ਥਣ ਤੁਹਾਨੂੰ ਜ਼ਰੂਰ ਦਿਖਾਊਂਗਾ, ਚਾਰੇ ਥਣ ਨਿਖੜਵੇਂ ਹੈ, ਸੋਹਣੇ ਸਾਈਜ਼ ਦੇ ਹੈ, ਪਸਮਾ ਕਰਕੇ ਉਮੀਦ ਆ ਵੀ ਮੁੱਠੀ ਵਾਲਾ ਥਣ ਬਣੂਗਾ। ਵੈਸੇ ਜਿਹੜਾ ਦੋਸਤੋ ਥਣ ਉਹ ਤੁਸੀਂ ਆਪ ਵੀ ਜਿਹੜਾ ਵੀਰ ਨੇ ਖਰੀਦਣੀ ਉਹ ਆ ਕੇ ਦੇਖ ਲੈਣਾ। ਭਲੂਣ ਜਿਹੜੀ ਲਾਲੀ ਆ ਤੁਹਾਨੂੰ ਦੱਸੂਗੀ, ਥੋੜੀ ਜਿਹੀ ਭਲੂਣ ਵੀ ਉਤਰੀ ਹੈ। ਥਣਾਂ ਬਾਰੇ ਬਾਈ ਨਾਲ ਮੈਂ ਪਹਿਲਾਂ ਹੀ ਗੱਲ ਕਰ ਲਈ ਸੀ ਕਿਉਂਕਿ ਵੈਸੇ ਇਹਨਾਂ ਕੋਲ ਚਵਾਈ ਮਸ਼ੀਨ ਤੇ ਹੁੰਦੀ ਹੈ, ਪਰ ਥਣ ਦਾ ਸਾਈਜ਼ ਜਿਹੜਾ ਬਾਈ ਦੱਸਦਾ ਵੀ ਭਲੂਣ ਕਰਕੇ ਥੋੜਾ ਜਿਹਾ ਭਲਾ ਛੋਟਾ ਲੱਗੇ। ਵੈਸੇ ਮੁੱਠੀ ਨਾਲ ਚਵਾਈ ਵਾਲਾ ਥਣ ਹੈ, ਤੋਰ ਕੇ ਤੁਹਾਨੂੰ ਦਿਖਾਉਣੇ, ਖੋਲ ਵੀ ਤੋਰ ਕੇ ਦਿਖਾਵਾਂਗੇ ਦੋਸਤੋ। ਵੱਡਾ ਹਵਾਨਾ ਤਿਆਰ ਕੀਤਾ ਵੈੜ ਨੇ, ਬਾਕੀ ਇਹ ਹਵਾਨੇ ਦੀ ਕੁਆਲਿਟੀ ਵੀ ਬਹੁਤ ਚੰਗੀ ਹੈ ਕਿਉਂਕਿ ਇਹ ਹਵਾਨਾ ਕੋਈ ਟੁੱਟਵੇਂ ਹਵਾਨੇ ਚੋਂ ਨਹੀਂਗਾ, ਠੋਸ ਹਵਾਨਾ ਪੂਰਾ। ਤੇ ਇੱਦਾਂ ਦੇ ਹਵਾਨੇ ਦੀਆਂ ਗਾਈਆਂ ਦੁੱਧ ਕੱਢਦੀਆਂ ਹੈ ਕਿਉਂਕਿ ਇਹ ਇੱਕ ਤਾਂ ਇਹਨੂੰ ਦੋਸਤੋ ਮਸਟੇਟ ਸੋਣ ਦਾ ਡਰ ਨਹੀਂ ਰਹਿੰਦਾ। ਅੱਗੇ ਨੂੰ ਹਵਾਨਾ ਤੁਹਾਨੂੰ ਦਿਖਾਊਂਗਾ, ਘੱਟੋ ਘੱਟ ਅਗਲੇ ਥਣ ਤੋਂ 1-1.5 ਫੁੱਟ ਗਾਂ ਨੂੰ ਜਾਂਦਾ ਹੋਊਗਾ ਦੋਸਤੋ, ਕਿਉਂਕਿ ਅਗਾੜੀ ਜਿਹੜੀ ਹੈ ਗਾਂ ਦੇ ਹਵਾਨੇ ਦੀ ਚੰਗੀ ਹੁੰਦੀ ਹੈ ਤੇ ਅਗਲੇ ਥਣਾਂ 'ਚ ਦੁੱਧ ਵੀ ਤੁਹਾਨੂੰ ਇਹ ਦੱਸੂਗੀ ਗਾਂ ਕਿੰਨਾ ਕੁ ਦੇ ਸਕਦੀ ਹੈ। ਬਹੁਤ ਸੋਹਣੀ ਗਾਂ ਬਾਈ ਨੇ ਤਿਆਰ ਕੀਤੀ ਹੈ, ਚੰਗੀ ਸੰਭਾਲ ਕੀਤੀ ਹੈ, ਨਜਾਇਜ਼ ਮੋਟੀ ਨਹੀਂ ਕੀਤੀ ਗਾਂ ਤੇ ਜ਼ਿਆਦਾ ਲਿੱਸੀ ਨਹੀਂ ਹੈਣੀ ਜੀ, ਬਿਲਕੁਲ ਸਹੀ ਕੰਡੀਸ਼ਨ ਦੇ ਵਿੱਚ ਹੈ। ਅਗਾੜੀ ਤੁਹਾਨੂੰ ਜਿਹੜੀ ਹੈ ਉਹ ਜ਼ਰੂਰ ਦਿਖਾਊਂਗਾ, ਹਾਲਾਂਕਿ ਹਵਾਨਾ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਬਹੁਤ ਸੋਹਣਾ। ਅਗਲੇ ਥਣ ਤੋਂ ਦੋਸਤੋ ਹਵਾਨਾ ਦੇਖੋ ਕਿੱਥੋਂ ਸ਼ੁਰੂ ਹੁੰਦਾ, ਪੂਰਾ ਅੱਗੇ ਤੱਕ ਜਿਹੜਾ ਧੁੰਨੀ ਤੱਕ ਹਵਾਨਾ ਚਲਾ ਜਾਂਦਾ। ਇਹ ਕੁਆਲਿਟੀ ਹੁੰਦੀ ਹੈ HF ਗਾਂ ਦੀ ਤੇ ਇੱਦਾਂ ਦੇ ਹਵਾਨੇ ਦੀਆਂ ਗਾਈਆਂ ਜਿਹੜੀਆਂ ਦੋਸਤੋ ਫਾਰਮਾਂ ਦੇ ਵਿੱਚੋਂ ਹੀ ਨਿਕਲਦੀਆਂ ਆਮ ਤੌਰ 'ਤੇ, ਪਰ ਚੰਗੇ ਸੀਮਣ ਵਰਤਾਂਗੇ ਤਾਂ ਬਿਨਾਂ ਸ਼ੱਕ ਇੱਦਾਂ ਦੀਆਂ ਗਾਈਆਂ ਜਿਹੜੀਆਂ ਉਹ ਆਉਣਗੀਆਂ। ਸੋ ਦੋਸਤੋ ਇਹ ਗਾਂ ਤੁਹਾਨੂੰ ਦੁਬਾਰਾ ਫਿਰ ਤੋਰ ਕੇ ਦਿਖਾ ਦਿੰਦੇ ਹਾਂ, ਚੰਗੀ ਤਰ੍ਹਾਂ ਦੇਖ ਲਓ, ਜਿਹੜੇ ਵੀਰ ਦੇ ਪਸੰਦ ਆਵੇ ਬਾਈ ਜੀ ਹੋਰਾਂ ਨੂੰ ਕਾਲ ਕਰ ਲਿਓ, ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲ ਰਿਹਾ, ਇਸ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਹਾਂ। ਪੂਰੀ ਜਿਹੜੀ ਗਾਂ ਉਹ ਹਵਾਨੇ ਵੱਲੋਂ ਫਸੀ ਪਈ ਹੈ, ਸੋਹਣਾ ਹਵਾਨਾ ਤਿਆਰ ਕੀਤਾ, ਦੁੱਧ ਵੀ ਚੰਗਾ ਗਾਂ ਨੇ ਦੇਣਾ। ਬਾਕੀ ਹਾਈਟ ਲੈਂਥ ਜਿਹੜੀ ਹੈ ਦੋਸਤੋ ਲੰਬਾਈ ਅਤੇ ਉਚਾਈ ਬਹੁਤ ਜ਼ਿਆਦਾ ਹੈ ਜੀ, ਚੰਗੀ ਵੈੜ ਹੈ। 2-4 ਦਿਨ ਦੋਸਤੋ ਸੂਣ ਦੇ ਵਿੱਚ ਇਹ ਲਊਗੀ, ਬਸ ਲਗਭਗ ਸੂਣ ਦੇ ਨੇੜੇ ਹੈ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ, ਜਿਹੜੇ ਵੀਰ ਦੇ ਗਾਂ ਪਸੰਦ ਆਉਂਦੀ ਆ ਕੇ ਦੇਖਿਓ, ਤਸੱਲੀ ਕਰੋ ਆਪਦੀ, ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ। ਵੇਚਣ ਵਾਲੇ ਵੀਰਾਂ ਨੂੰ ਵਾਰ ਵਾਰ ਇਹ ਕਿਹਾ ਜਾਂਦਾ ਵੀ ਚੈੱਕ ਤੇ ਨਾ ਵੇਚੋ, ਉਧਾਰ ਨਾ ਕਰੋ ਕਿਸੇ ਨਾਲ, ਕਿਸੇ ਕੋਲ ਛੱਡਣ ਨਾ ਜਾਓ। ਬਾਕੀ ਜੋ ਇਦੋਂ ਅੱਗੇ ਸੌਦੇ ਤੁਸੀਂ ਕਰਦੇ ਹੋ ਤੁਸੀਂ ਆਪਦੇ ਰਿਸਕ 'ਤੇ ਕਰਦੇ ਹੋ, ਆਪਦੀ ਜਿਹੜੀ ਆ ਦੋਸਤੋ ਸੋਚ 'ਤੇ ਸਮਝਦੇ ਨਾ ਕਰਦੇ ਹੋ। ਧੰਨਵਾਦ।